ਬੇਟਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਵਾਰ ਆਇਆ ਜ਼ਿੰਦਗੀ ਤੇ ਬੜੀ ਅਜੀਬ ਗੱਲ। ਐਸੀ ਕਿਹੜੀ ਕੀਮਤੀ ਚੀਜ਼ ਜਿਹਦੇ ਤੋਂ ਤੁਸੀਂ ਲਾਲ ਵਾਰ ਦਿੱਤੇ, ਬੱਚੇ ਵਾਰ ਦਿੱਤੇ? ਕੋਈ ਪੈਸੇ ਵਾਰਦਾ ਹੈ, ਕੋਈ ਪ੍ਰਾਪਰਟੀ ਜਾਇਦਾਦ ਵਾਰਦਾ ਤੇ ਮੈਂ ਦੇਖਿਆ ਹੈ, ਧਨ ਦੌਲਤ ਵਾਰਦਾ ਦੇਖਿਆ ਹੈ, ਪਰ ਐਸੀ ਕਿਹੜੀ ਕੀਮਤੀ ਚੀਜ਼ ਆਪਣੀ ਔਲਾਦ ਨਾਲੋਂ ਵੀ ਚੰਗੀ ਹੋ ਜਿਹਦੇ ਉੱਤੇ ਤੁਸੀਂ ਬੱਚਿਆਂ ਨੂੰ ਵਾਰ ਆਏ? ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਬਚਨ ਕੀਤਾ ਸੀ, ਇਨ ਪੁੱਤਰ ਨਿਕੇ ਸੀਸ ਤੇ ਵਾਰ ਦੀਏ ਸੁਖ ਚਾਰ। ਇਸ਼ਾਰਾ ਕਰਕੇ ਸੰਗਤ ਵੱਲ, ਇਹਨਾਂ ਦੇ ਉੱਤੋਂ ਮੈਂ ਚਾਰੇ ਵਾਰ ਆਏ, ਭਾਵ ਖਾਲਸਾ ਪੁੱਤਰਾਂ ਨਾਲੋਂ ਵੀ ਪਿਆਰ। ਸਿੱਖ ਆਪਣੀ ਔਲਾਦ ਨਾਲੋਂ ਵੀ ਪਿਆਰ, ਇਹ ਨਾ ਇਹ ਉਹ ਦਿਨ ਚੱਲ ਰਹੇ ਨੇ, ਇਹ ਪੂਰੀ ਵੀ 21 ਤਰੀਕ ਤੋਂ ਲੈ ਕੇ 26 ਤਰੀਕ ਤੱਕ ਇਸ ਪਾਵਨ ਅਸਥਾਨ ਪ੍ਰਬੰਧਕਾਂ ਵੱਲੋਂ, ਸੰਗਤਾਂ ਵੱਲੋਂ ਇਹ ਪੂਰਾ ਹਫ਼ਤਾ ਉਹਨਾਂ ਮਹਾਨ ਬਾਬਿਆਂ ਨੂੰ, ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਦੀ ਦਸ਼ਾਨੀ ਸ਼ਹਾਦਤ, ਅਨੋਖੀ ਸ਼ਹਾਦਤ
ਸ਼ਾਇਦ ਸੰਸਾਰ ਦੇ ਕਿਤੇ ਨਜ਼ਰ ਮਾਰੇ ਮਿਲਦੀ ਹੈ। ਸੋ ਉਹਨਾਂ ਨੂੰ ਆਪਣੇ ਬਾਬਿਆਂ ਨੂੰ ਯਾਦ ਕਰ ਰਹੇ ਹਾਂ। ਸੋ ਪਹਿਲਾ ਸ਼ਬਦ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਕੀਤਾ ਹੈ। ਸੂਰਮਾ ਕਿਹੜਾ ਹੈ? ਸੋ ਕਹੀਏ ਤੇ ਹੈ ਸੁਰਾ, ਸੋ ਕਹੀਏ ਤੇ ਹੈ ਸੁਰਾ, ਸੋ ਕਹੀਏ ਤੇ ਹੈ ਸੁਰਾ, ਜਾ ਤੁਮਾਰੇ ਨਾਲ।
ਆ ਵਾਜਦੇ ਬਾਅਦ ਦੇ ਸ਼ਬਦ ਪੜ੍ਹਨਾ ਹੈ। ਸੂਰਮੇ ਦਾ ਵੀ ਜ਼ਿਕਰ ਸਾਹਿਬਾਨੀ ਜਿਨ ਮਿਲ ਮਾਰੇ ਪੰਜ ਸੂਰਵੀਰ ਐਸੋ ਕੌਣ ਵਾਲੇ ਐਸਾ ਕਿਹੜਾ ਸੂਰ ਜਿਨ ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਲਾਲਚ ਨੂੰ ਹੰਕਾਰ ਨੂੰ ਮਾਰ ਐਸਾ ਕਿਹੜਾ ਸੂਰਮਾ ਹੈ ਜਿਹੜਾ ਬਚਨ ਕਾ ਬਲੀ ਹੈ। ਪਾਸੋਂ ਆਪ ਸ਼ਬਦ ਪੜ੍ਹਿਆ ਸੀ ਸੂਰਬੀਰ ਬਚਨ ਕੇ ਉਹ ਸੂਰਮੇ ਕਹਿੰਦੇ ਕੌਲਾ ਵਪਰੀ ਸੰਤੀ ਸ਼ਰ ਕੌਲਾ ਮਾਇਆ ਜਿਸ ਮਾਇਆ ਨੇ ਸਾਰੇ ਸੰਸਾਰ ਨੂੰ ਛੱਲ ਲਿਆ ਉਹਨੂੰ ਵੀ ਸੂਰਮਿਆ ਛੱਲ ਪਰ ਮਾਇਆ ਡੁਲਾ ਨਹੀਂ ਸਕਦੀ ਉਹਨਾਂ ਦੇ ਮਾਇਆ ਦਾ ਅਸਰ ਨਹੀਂ ਹੋ ਸਕਿਆ। ਉਹਦੇ ਜੈਸੇ ਜਨਮ ਮੈਂ ਕਮਲ ਨਰਾਲ ਮੁਰਗਾਏ ਜਲ ਦੇ ਵਿੱਚ ਚਿੱਕੜ ਵਿੱਚ ਵੀ ਕਮਲ ਹੋ ਗਏ ਤੇ ਉਹ ਉਸੇ ਤਰ੍ਹਾਂ ਸੁਗੰਧੀ ਦਿੰਦਾ ਖਿੜ ਜਾਂਦਾ ਹੈ ਚਿੱਕੜ ਦਾ ਅਸਰ ਨਹੀਂ। ਪਾਣੀ ਦੇ ਵਿੱਚ ਰਹਿੰਦੀ ਹੋਈ ਵੀ ਮੁਰਗਾਵੀ ਪਾਣੀ ਦਾ ਅਸਰ ਨਹੀਂ ਰਹਿੰਦੀ ਪਾਣੀ ਵਿੱਚ ਹੈ ਪਰ ਉਹਦੇ ਕੰਬਾਂ 'ਤੇ ਅਸਰ ਨਹੀਂ। ਕਹਿੰਦੇ ਇਸੇ ਤਰ੍ਹਾਂ ਜਿਹੜਾ ਸੂਰਮਾ ਹੈ ਜਿਹੜਾ ਬਚਨ ਕਾ ਬਲੀ ਹੈ ਜਿਹੜਾ ਗੁਰੂ ਚਰਨਾਂ ਨਾਲ ਜੁੜਿਆ ਗੁਰੂ ਦੀ ਭਾਵ ਭਾਵਨੀ ਵਿੱਚ ਰਹਿੰਦਾ ਹੈ ਸੰਸਾਰ ਵਿੱਚ ਰਹਿ ਕੇ ਵੀ ਉਹ ਬਚਨਾਂ ਦਾ ਬਲੀ ਹੁੰਦਾ ਸੰਸਾਰ ਵਿੱਚ ਰਹਿ ਕੇ ਵੀ ਉਹ ਗੁਰੂ ਚਰਨਾਂ ਨਾਲ ਜੁੜ ਕੇ ਅਤੇ ਵਿਲੱਖਣ ਸ਼ਹਾਦਤ ਵਿਲੱਖਣ ਇਤਿਹਾਸ ਪੇਸ਼ ਕਰ ਦਿੰਦਾ ਹੈ ਜਿਹਦੇ ਤੋਂ ਸੰਸਾਰ ਨੂੰ ਸੇਧ ਮਿਲੇ। ਜਿਹੜੇ ਬਾਬਿਆਂ ਦਾ ਆਪਾਂ ਕੁਝ ਦਿਨਾਂ ਤੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪਾਂ ਕਹਿੰਦੇ ਹਾਂ ਸਰਵਾ ਸਦਾਨੀ ਕਿਤੇ ਮਨ ਅੰਦਰ ਝਾਤੀ ਮਾਰ ਕੇ ਦੇਖੋ ਬੱਚੇ ਨੂੰ ਕੰਡਾ ਵੀ ਲੱਗ ਜਾਏ ਬੁਖਾਰ ਹੋ ਜਾਏ ਤੇ ਮਾਤਾ ਪਿਤਾ ਦੀ ਜਾਨ ਨਿਕਲ ਜਾਏ ਪਰ ਧੰਨ ਹੈ ਕਲਗੀ ਵਾਲਾ ਪਾਤਸ਼ਾਹ ਧੰਨ ਹੈ ਉਹ ਚਾਰੇ ਬਾਬੇ ਚਾਰੇ ਸਾਹਿਬਜ਼ਾਦ ਪਰ ਉਹਨਾਂ ਦਾ ਜੀਵਨ ਕੈਸਾ ਮੈਂ ਸ਼ੁਰੂਆਤ ਜਿੱਥੋਂ ਕਰਨੀ ਚਾਰੇ ਸਾਹਿਬਜ਼ਾਦੇ ਬਾਹਰ ਖੇਡ ਰਹੇ ਆਨੰਦਪੁਰ ਦੀ ਪਾਵਨ ਧਰਤੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਬਾਬਾ ਤਿੰਨ ਸਾਹਿਬਜ਼ਾਦੇ ਖੇਡ ਰਹੇ ਨੇ ਅਤੇ ਚੌਥਾ ਸਭ ਤੋਂ ਛੋਟਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ 5 ਸਾਲ ਹੋ ਗਏ ਤੇ ਤਿੰਨਾਂ ਵੀਰਾਂ ਦੇ ਕੋਲ ਬਾਬਾ ਫਤਿਹ ਸਿੰਘ ਆਇਆ ਕਹਿਣ ਲੱਗਾ ਮੈਨੂੰ ਵੀ ਨਾਲ ਖਿਡਾ ਮੈਂ ਵੀ ਖੇਡ ਹੁਣ ਇਹਦੇ ਵੀਰੇ ਕਹਿੰਦੇ ਨਹੀਂ ਤੂੰ ਅਜੇ ਬੜਾ ਛੋਟਾ ਹੈ ਜੋ ਅਸੀਂ ਖੇਡਦੇ ਨਾ ਤੇਰੇ ਕੋਲ ਖੇਡਿਆ ਨਹੀਂ ਜਾਣਾ ਤੈਨੂੰ ਅਸੀਂ ਨਹੀਂ ਖਿਡਾਉਣਾ ਇਹ ਜਿੱਦ ਕਰਦਾ ਨਹੀਂ ਵੀਰੇ ਮੈਂ ਵੀ ਤੁਹਾਡੇ ਨਾਲ ਖੇਡਾਂ ਬਾਬਾ ਫਤਿਹ ਸਿੰਘ ਉਹ ਖਿਡਾਉਂਦੇ ਨੇ ਕਹਿੰਦੇ ਨਹੀਂ ਤੂੰ ਅਜੇ ਛੋਟਾ ਹੈ ਜਦੋਂ ਦੋ ਵਾਰੀ ਕਿਹਾ ਤੇ ਬਾਬਾ ਫਤਿਹ ਸਿੰਘ ਅੰਦਰ ਗਏ ਇੱਕ ਛੋਟੀ ਜਿਹੀ ਦਸਤਾਰ ਪਹਿਲਾਂ ਬੰਨੀ ਸੀ ਇੱਕ ਹੋਰ ਛੋਟੀ ਜਿਹੀ ਬੰਨੀ ਤੇ ਬਾਹਰ ਆ ਗਿਆ ਕਹਿਣ ਲੱਗੇ ਲਓ ਮੈਂ ਹੁਣ ਵੱਡਾ ਹੋ ਗਿਆ ਕਹਿੰਦੇ ਫਿਰ ਬਾਬਾ ਅਜੀਤ ਸਿੰਘ ਕਹਿਣ ਲੱਗੇ ਨਹੀਂ ਬਈ ਫਤਿਹ ਸਿੰਘ ਜਿੱਦ ਨਾ ਕਰ ਤੂੰ ਛੋਟਾ ਤੂੰ ਸਾਡੇ ਨਾਲ ਨਹੀਂ ਖੇਡ ਸਕਦਾ ਕਹਿੰਦੇ ਫਿਰ ਅੰਦਰ ਗਏ ਫਿਰ ਇੱਕ ਹੋਰ ਛੋਟੀ ਜਿਹੀ ਦਸਤਾਰ ਬੰਨੀ ਫਿਰ ਆ ਕੇ ਕਹਿਣ ਲੱਗੇ ਹੁਣ ਤੁਹਾਡੇ ਬਰਾਬਰ ਹੋ ਗਿਆ ਹੁਣ ਤੇ ਖਿਲਾਫ਼ ਇਹ ਫਿਰ ਕਹਿਣ ਲੱਗੇ ਨਹੀਂ ਆਪਾਂ ਨਹੀਂ ਖਿਡਾਉਣਾ ਤੂੰ ਵੱਡਾ ਕਿਵੇਂ ਹੋ ਗਿਆ ਧੰਨ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸ਼ਮੇਸ਼ ਪਿਤਾ ਉੱਪਰ ਖੜੇ ਸਾਹਮਣੇ ਦੇਖ ਰਹੇ ਨੇ ਬੱਚਿਆਂ ਨੂੰ ਖੇਡ ਕਹਿੰਦੇ ਤੀਸਰੀ ਵਾਰ ਫਿਰ ਜਦੋਂ ਬਾਬਾ ਫਤਿਹ ਸਿੰਘ ਨੇ ਐਵੇਂ ਕੀਤਾ ਮੈਂ ਦਸਤਾਰ ਹੋਰ ਵੱਡੀ ਕੀਤੀ ਆਣ ਕੇ ਕਹਿਣ ਲੱਗਾ ਵੀਰੇ ਹੁਣ ਦੇਖੋ ਮੇਰੀ ਦਸਤਾਰ ਵੱਡੀ ਹੋ ਗਈ ਮੈਂ ਤੁਹਾਡੇ ਬਰਾਬਰ ਦਾ ਹੋ ਗਿਆ ਹੁਣ ਤੇ ਖਿਲਾ
ਜਦੋਂ ਨਾ ਕਰਨ ਲੱਗੇ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਓਨੀ ਦੇਰ ਚ ਕੋਲ ਆ ਗਏ, ਕਹਿਣ ਲੱਗੇ ਭਾਈ ਅਜੀਤ ਸਿੰਘ, ਜੋਰਾਵਰ ਸਿੰਘ ਇਹਨੂੰ ਵੀ ਨਾਲ ਖਟਾਓ, ਜੁਝਾਰ ਸਿੰਘ ਇਹਨੂੰ ਨਾਲ ਖਟਾਓ। ਕਹਿਣ ਲੱਗੇ ਉਮਰ ਵਿੱਚ ਦੇਖਣ ਨੂੰ ਭਾਵੇਂ ਛੋਟਾ ਹੈ, ਪਰ ਸਮਾਂ ਆਉਣ ਤੇ ਇਹਨੇ ਐਸਾ ਕਾਰਜ ਕਰ ਜਾਣਾ ਜਿਹੜੇ ਵੱਡੇ ਵੱਡੇ ਨਹੀਂ ਕਰ ਸਕਦੇ। ਸਮਾਂ ਆਵੇਗਾ, ਇਹਨੇ ਐਸਾ ਕਾਰਜ ਕਰ ਜਾਣਾ ਹੈ ਜਿਹੜੇ ਵੱਡੇ ਵੱਡੇ ਨਹੀਂ ਕਰ ਸਕਦੇ। ਇਹ ਉਸ ਕਾਰਜ ਵਾਸਤੇ ਆ, ਇਹਨੂੰ ਜ਼ਰੂਰ ਨਾਲ ਖਟਾਓ। ਉਹ ਬਾਬਾ ਤੇ ਜਦੋਂ ਕਿਤੇ ਕਚਹਿਰੀ ਲੱਗੀ ਨਾ ਆਉਣ ਵਾਲੇ ਦਿਨਾਂ 'ਚ ਆਪਾਂ ਇਤਿਹਾਸ ਆਪਦੇ ਨਾਲ ਸਾਂਝਾ ਕਰ। ਹੁਣ ਕੇਵਲ ਝੂਠ ਮਾਰ ਕਚਹਿਰੀ ਲੱਗੀ ਆ, ਉਹਨੇ ਕਿਹਾ ਵੀ ਸੂਬਾ ਸਰਹੱਦ ਦੀ ਕਚਹਿਰੀ ਹੈ ਬੱਚੇ, ਉਹ ਝੁੱਕ ਕੇ ਸਲਾਮ ਕਰੋ, ਜੈਕਾਰਾ ਬੁਲਾਇਆ ਜਾ ਕੇ ਤੇ ਕਿਹਾ ਪਤਾ ਕੀ। ਕਹਿਣ ਲੱਗੇ ਰਾਜਾ ਹੈ ਇਹ ਸੂਬਾ ਸਰਹੱਦ ਹੈ, ਜਿਹਦੇ ਕਿ ਵੱਡੇ ਵੱਡੇ ਦੇ ਮੈਂ ਆਣ ਕੇ ਸੀਸ ਨਾ ਹੋਵੇ, ਤੁਸੀਂ ਤੇ 7-9 ਸਾਲ ਦੇ ਸੀਸ ਨਵਾ। ਤੇ ਫਿਰ ਉਹ ਬਾਬੇ ਕੀ ਕਹਿੰਦੇ, ਕਹਿੰਦੇ ਕਹੋ ਹਰ ਸਮਾਨ ਨਹੀਂ ਰਾਜਾ, ਅਸੀਂ ਤੇ ਉਸ ਬਾਪੂ ਅੱਗੇ ਸੀਸ ਨਵਾਉਂਦੇ ਹਾਂ ਜਿਹਦੇ ਬਰਾਬਰ ਹੋਰ ਕੋਈ ਨਹੀਂ, ਕੋਈ ਹਰ ਸਮਾਨ ਨਹੀਂ ਰਾਜਾ। ਤੇ ਉਂਗਲ ਕਰਕੇ ਇਸ਼ਾਰਾ ਕਰਕੇ ਸੂਬਾ ਸਰਹੰਦ ਵੱਲ ਨਾ ਕਿਹਾ ਸੀ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਰਬਾਰ। ਇਹ ਤੇ ਰਾਜੇ ਚਾਰ ਦਿਨ ਦੇ ਨੇ, ਅਸੀਂ ਉਸ ਰਾਜੇ ਮਹਾਰਾਜੇ ਦੇ ਅੱਗੇ ਸੀਸ ਨਵਾਉਂਦੇ ਹਾਂ ਜਿਹਦੇ ਵਰਗਾ ਹੋਰ ਕੋਈ ਨਹੀਂ। ਮੈਂ ਤੇ ਕਈ ਵਾਰ ਜ਼ਿਕਰ ਕਰਦਾ ਆਪਾਂ ਇਤਿਹਾਸ ਸੁਣਾਉਂਦੇ ਸੁਣਾਉਂਦੇ ਕਈ ਐਸੇ ਮਹਾਨ ਇਸ ਇਤਿਹਾਸ ਵਿੱਚ ਪਾਤਰ ਨੇ ਕਈ ਵਾਰ ਭੁੱਲ ਜਾਂਦੇ ਆ, ਆਪਾਂ ਆਉਣ ਵਾਲੇ ਦਿਨਾਂ ਵਿੱਚ ਬਚਨ ਕਰਦੇ। ਜਿੱਥੇ ਗੁਰੂ ਕੇ ਲਾਲਾਂ ਦੀ ਮਾਤ ਗੁਜਰੀ ਦੀ ਵੱਡੀ ਕੁਰਬਾਨੀ ਹੈ, ਉੱਥੇ ਗੁਰੂ ਕੇ ਸਿੱਖਾਂ ਦੀ ਵੀ ਕੋਈ ਛੋਟੀ ਨਹੀਂ। ਭਾਈ ਮੋਤੀ ਮਹਿਰੇ ਦਾ ਜ਼ਿਕਰ ਆਉਂਦਾ, ਭਾਈ ਮੋਤੀ ਰਾਮ ਜੀ ਦੋ ਦਿਨ ਕਿਉਂਕਿ ਕਹਿਰਾਂ ਦੀ ਠੰਡ ਹੈ, ਉਹ ਠੰਡੇ ਗੁਰਜੇ ਅੰਦਰ ਸਭ ਤੋਂ ਉੱਚਾ ਹੈ, ਉੱਤੋਂ ਸਰਦੀ ਦੇ ਰੋਹ ਨੇੜੇ ਉਹਦੀ ਨਦੀ ਵਗ ਰਹੀ ਹੈ, ਕਹਿਰਾਂ ਦੀ ਠੰਡ ਹੈ ਤੇ ਖਾਣ ਵਾਸਤੇ ਵੀ ਕੁਝ ਨਹੀਂ। ਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਬਾਬਾ ਮੋਤੀ ਮਹਿਰਾ ਜੀ ਦੁੱਧ ਛਕਾਉਂਦਾ। ਨਮਸਕਾਰ ਕਰਦਾ ਤੇ ਫਿਰ ਅਸੀਸ ਲੈਂਦਾ ਹੈ ਮਾਤ ਗੁਜਰੀ ਜੀ ਦੇ ਕੋਲ। ਕਹਿੰਦੇ ਧੰਨ ਮੋਤੀ, ਤੂੰ ਇਹ ਬੜਾ ਵੱਡਾ ਪੁੰਨ ਕਮਾਇਆ, ਦੁੱਧ ਛਕਿਆ, ਸਿਆਲ ਦਾ ਰੁੱਤ ਸੀ ਗਰਮ, ਅਸੀਸਾਂ ਪ੍ਰਾਪਤ ਕੀਤੀਆਂ ਤੇ ਇਹ ਦੋ ਦਿਨ ਦੁੱਧ ਛਕਾਉਂਦਾ ਰਿਹਾ ਆਪਣਾ ਰਿਸ਼ਵਤ ਦੇ ਕੇ ਪਹਿਰੇਦਾਰ। ਪਰ ਇਹਦੇ ਇਵਜ਼ ਵਜੋਂ ਦੇਖੋ ਸਾਰਾ ਪਰਿਵਾਰ ਜਦੋਂ ਸੂਬਾ ਸਰਹੱਦ ਨੂੰ ਪਤਾ ਲੱਗਾ ਤੇ ਕੁੱਲ ਵਿੱਚ ਪੀੜ ਦਿੱਤਾ, ਪਰ ਆਪਣੇ ਗੁਰੂ ਕੇ ਲਾਲਾਂ ਦੀ ਸੇਵਾ ਨਹੀਂ ਛੱਡੀ, ਸਿੱਖ ਨਹੀਂ ਤੁਰਕ। ਗੁਰੂ ਕੇ ਸਿੱਖ ਵੀ ਐਸੇ ਨੇ, ਗੁਰੂ ਕੇ ਪ੍ਰੇਮ ਵਾਲੇ ਵੀ ਐਸੇ, ਤੇ ਉਹਨਾਂ ਨੇ ਫਿਰ ਏਡਾ ਵੱਡਾ ਸਾਕਾ ਕੀਤਾ, ਸਿੱਖ ਵੀ ਕੈਸੇ ਕੈਸੇ ਨੇ। ਸ਼ਹਾਦਤ ਦਾ ਜਾਮਾ ਹੋ ਗਿਆ, ਮੈਂ ਪਿਆਰ ਵਾਲਿਆਂ ਦੀ ਗੱਲ ਕਰਦੀ ਹਾਂ, ਸਿਰਫ 2 ਮਿੰਟ ਸ਼ਬਦ ਇੱਕ ਹੋਰ ਪੜ੍ਹ ਲਿਆ। ਕੈਸਾ ਪ੍ਰੇਮ ਕਰਨ ਵਾਲੇ ਨੇ, ਅਸੀਂ ਨਾ ਦਿੱਲੀ ਸੀ ਤੇ ਉੱਥੇ ਸਾਡੇ ਸਦਰ ਬਾਜ਼ਾਰ ਉੱਥੇ ਬਿਲਕੁਲ ਜਿਵੇਂ ਮੰਜਾ ਹੁੰਦਾ ਨਾ, ਚਾਰ ਪਾਈ ਮੰਜਾ, ਉਹਨੇ ਕਿ ਜਿੰਨਾ 4x6 ਜਾਂ ਇਸ ਤੋਂ ਵੀ ਛੋਟਾ ਦੀਵਾਰਾਂ ਜੀਆਂ ਦੇ ਵਿੱਚ ਅੱਗੇ ਗੇਟ ਲਾਇਆ। ਤੇ ਮੈਂ ਕਿਹਾ ਜੀ ਇੱਕ ਨੂੰ ਜਾ ਕੇ ਹੋਲਸੇਲ ਦਾ ਉੱਥੇ ਕੰਮ ਹੈ ਜੀ, ਇਹ ਕਿੰਨੇ ਦੀ ਦੁਕਾਨ ਹੈ? ਕਹਿੰਦਾ ਇਹਦੇ ਨਾਲ ਦੀ ਦੁਕਾਨ ਦੇ ਵਿਦੇਸ਼ ਵਿੱਚ ਵੀ ਨਹੀਂ ਆਉਂਦੀ, ਇੰਨੀ ਹੀ ਦੁਕਾਨ ਦਾ ਮੈਂ 2 ਕਰੋੜ ਦਿੱਤੇ। ਮੈਂ ਹੈਰਾਨ ਹੋ ਗਿਆ, ਇੰਨੀ ਕੁ ਦੁਕਾਨ ਇੱਕ ਮੰਜੇ ਦੀ ਵੀ ਜਾਏ? ਕਹਿੰਦੇ ਸਭ ਤੋਂ ਮਹਿੰਗੀ ਹੈ, ਸ਼ਾਇਦ ਵਿਦੇਸ਼ ਵਿੱਚ ਵੀ ਇੰਨੀ ਮਹਿੰਗੀ ਨਾ ਹੋਵੇ। ਇਤਿਹਾਸ ਵੱਲ ਝਾਤੀ ਮਾਰੋ, ਉਹ ਤੇ ਕਹਿੰਦਾ ਦੇਸ਼ ਦੀ ਸੰਸਾਰ ਵਿੱਚ ਇਤਨੀ ਮਹਿੰਗੀ ਜਗ੍ਹਾ ਹੈ ਜਿੰਨੀ ਗੁਰੂ ਕੇ ਲਾਲਾਂ ਦੀ ਤੇ ਮਾਤ ਗੁਜਰੀ ਦੀ ਟੋਡਰ ਮੱਲ ਜੀ ਨੇ ਸੰਸਕਾਰ ਕਰਨ ਵਾਸਤੇ ਲਈ। ਸੋਨੇ ਦੀਆਂ ਅਸ਼ਰਮੀਆਂ ਵਿਛਾ ਕੇ, ਮੋਹਰਾਂ ਵਿਛਾ ਕੇ, 78,000 ਗਿਣਤੀ ਵਾਲੇ ਨੇ ਕੀਤੀ, 78,000 ਸੋਨੇ ਦੀਆਂ ਅਸ਼ਰਫੀਆਂ, ਸੋਨੇ ਦੀਆਂ ਮੋਹਰਾਂ। ਉਹਦੇ
ਦੀ ਕੀਮਤ ਕਹਿੰਦੇ ਬਣਦੀ ਹੈ 2,50,000 ਕਰੋੜ। ਸੰਸਾਰ ਤੇ ਇਤਨੀ ਮਹਿੰਗੀ ਕੋਈ ਜਗ੍ਹਾ ਨਹੀਂ, ਐਸਾ ਇਤਿਹਾਸ ਵੀ ਕੋਈ ਨਹੀਂ ਜਿਹੜੇ ਇਤਿਹਾਸ ਨਾਲ ਤੁਸੀਂ ਜੁੜ ਬੈਠੇ ਹੋ, ਜਿਹੜਾ ਸਾਡੇ ਬਾਬਿਆਂ ਦਾ ਇਤਿਹਾਸ ਹੈ। ਅਤੇ ਆਪਾਂ ਉਹ ਵਚਨ ਸਾਂਝੇ ਕਰਨੇ ਹਨ ਕਿਉਂਕਿ ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਣੇ ਵਾਲੋਂ ਕਾ ਜਹੀ ਬਾਕੀ ਨਿਸ਼ਾਨ। ਉਹਨਾਂ ਬਾਬਿਆਂ ਤੋਂ ਸਿੱਖਿਆ ਲੈ ਕੇ ਅੱਜ ਵੀ ਮੈਂ ਪਿਆਰ ਵਾਲੇ ਦੇ ਵਚਨ, ਕਿਉਂਕਿ ਇਤਿਹਾਸ ਤੇ ਆਪਾਂ ਫਿਰ ਸਰਵ ਕਰਨਾ, ਇੱਕ ਮਿੰਟ ਦਾ ਕਹਿ ਕੇ ਆਪਾਂ ਸ਼ਬਦ ਪੜ੍ਹ। ਕਹਿੰਦੇ ਪੰਡਿਤ ਕਿਰਪਾ ਰਾਮ ਧੰਨ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਆਇਆ ਸੀ। ਕਹਿਣ ਲੱਗੇ ਮਹਾਰਾਜ ਸਾਡੇ ਜਿਹੜੇ ਉਹਨੂੰ ਖਤਰਾ, ਸਾਡੀ ਬੋਧੀ ਨੂੰ ਖਤਰਾ ਹੈ। ਬੜਾ ਸਿਆਣਾ ਸਤਿਗੁਰ ਦੇ ਚਰਨਾਂ ਵਿੱਚ ਆਣ ਕੇ ਫਰਿਆਦ ਕਰਦੇ, ਮਹਾਰਾਜ ਸਾਡੇ ਜਿਹੜੇ ਉਹਨੂੰ ਖਤਰਾ ਹੈ, ਸਾਡੀ ਬੋਧੀ ਨੂੰ ਖਤਰਾ ਹੈ, ਮਹਾਰਾਜ ਕਿਰਪਾ ਕਰਕੇ ਸਾਡੇ ਤੇ ਰਹਿਮ ਕਰੋ, ਸਾਡੇ ਤੇ ਬਖਸ਼ਿਸ਼ ਕਰੋ, ਸਾਡਾ ਧਰਮ ਬਚ ਜਾਏ, ਸਾਡੀ ਬੋਧੀ ਬਚ ਜਾਏ। ਮੈਂ ਕਹਿੰਦਾ ਬੜਾ ਸਿਆਣਾ ਸੀ, ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਹਾੜੇ ਕੱਢਦਾ। ਅਰਸਾ ਸੰਗਤ ਆਪਾਂ ਵੀ ਗੁਰੂ ਅੱਗੇ ਅਰਦਾਸ ਕਰੀਏ, ਅੱਜ ਸਾਂਦੇ ਵੀ ਉਲੇ ਜੂੜੇ ਨੂੰ ਖਤਰਾ ਹੈ। ਉਹ ਤੇ ਸਿਆਣਾ ਸੀ, ਉਹਦੀ ਤੇ ਬੋਧੀ ਨੂੰ ਖਤਰਾ ਹੋ ਗਿਆ, ਉਹ ਗੁਰੂ ਕੋਲ ਆ ਗਿਆ, ਸਾਡੇ ਵੀ ਉਲੇ ਜੂੜੇ ਨੂੰ ਖਤਰਾ। ਆ ਜਾਈਏ ਗੁਰੂ ਕੇ ਚਰਨਾਂ ਵਿੱਚ। ਮੈਂ ਇੱਕ ਬੇਨਤੀ ਕਰਦਾ, ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਪਰਿਵਾਰ ਵਾਰ ਕੇ ਇਹ ਇੱਛਾ ਇਹ ਵਚਨ ਕੀਤਾ ਸੀ, ਇਹਨੂੰ ਪੁੱਤਰਨ ਕੇ ਸੀਸ ਪੇ ਵਾਰ ਦੀ ਸੁੱਤ ਜਾਰ, ਤੇ ਅਸੀਂ ਵੀ ਇਹ ਧੰਨ ਗੁਰੂ ਕਲਗੀਧਰ ਮਹਾਰਾਜ ਦੇ ਲਾਡਲੇ ਹੈ, ਤੇ ਫਿਰ ਸਾਡੇ ਘਰ ਵਿੱਚ ਕਲਗੀਧਰ ਪਾਤਸ਼ਾਹ ਵਿੱਚ ਆਉਂਦੇ ਆਉਂਦੇ ਹੋਣਗੇ। ਫਤਿਹ ਸਿੰਘ ਖੇਡਦਾ ਨਜ਼ਰ ਆ, ਸਾਡੇ ਘਰਾਂ ਵਿੱਚ ਫਤਿਹ ਸਿੰਘ ਨਜ਼ਰ ਆ ਰਹੇ, ਜੋਰਾਵਰ ਸਿੰਘ ਫਤਿਹ ਸਿੰਘ ਨਜ਼ਰ ਆ ਰਹੇ। ਆਪਣੇ ਕਿਰਪਾ ਕਰਨੀ ਹੈ, ਮੈਂ ਇੱਕ ਵਚਨ ਕਰਦਾ ਹੁੰਦਾ, ਕਮ ਸੇ ਕਮ ਇਸ ਕੰਟਰੀ ਬੈਠੇ ਹਾਂ, ਇੰਨਾ ਕੁ ਤੇ ਫਰਜ਼ ਹੈ 18 ਸਾਲ ਤੱਕ ਆਪਣੇ ਬੱਚਿਆਂ ਦੇ ਕੇਸ ਕਤਲ ਨਾ ਕਰ, ਫਿਰ ਗੁਰੂ ਤੇ ਛੱਡ ਦੇ। 18 ਸਾਲ ਬਾਅਦ ਗੁਰੂ ਦੇ ਛੱਡ ਦੇ, 18 ਸਾਲ ਆਪਣੇ ਗੁਰੂ ਦੀਆਂ ਕਥਾ ਕਹਾਣੀਆਂ ਆਪਣੇ ਬੱਚਿਆਂ ਨੂੰ ਸੁਣਾਓ। ਧੰਨ ਹੈ ਮਾਤ ਗੁਜਰੀ, ਇਹੀ ਕਿਹਾ ਸੀ ਨਾ ਸੂਬਾ ਸਰਹੰਦ ਨੇ, ਤੇਰਾ ਲਾਲ ਤੇ ਪਹਿਲਾਂ ਸ਼ਹੀਦ ਹੋ ਗਿਆ, ਕਿਉਂਕਿ ਪਤਾ ਨਹੀਂ ਨਾ ਆਪਸ ਵਿੱਚ ਰਾਬਤਾ ਕੋਈ ਨਹੀਂ। ਚਮਕੌਰ ਦੇ ਜੰਗ ਵਿੱਚ ਗੋਬਿੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹਾਦਤ ਦਾ ਜਾਮਾ ਪੀ ਗਏ, ਵੱਡੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮਾ ਪੀ ਗਏ, ਸਿੰਘ ਸ਼ਹਾਦਤ ਦਾ ਜਾਮਾ ਪੀ ਗਏ। ਇਹ ਦੋ ਲਾਲ ਨਿਸ਼ਾਨੀ ਵਾ ਜੋ ਮਾਤਾ ਰੱਖ ਲੈ, ਰਾਤ ਲੈ ਲੈ, ਸਮਝਾ ਲੈ, ਨਿਸ਼ਾਨੀ ਤੇਰੇ। ਕਹਿੰਦੇ ਫਤਿਹ ਸਿੰਘ ਨਿਕਲ ਗਿਆ ਸੀ ਜਦੋਂ ਮਾਤਾ ਜੀਤੋ ਜੀ ਚੜ੍ਹਾਈ ਕਰ ਗਏ ਸੀ 3 ਸਾਲ ਦਾ, ਹੱਥੀ ਮਾਂ ਨੇ ਪਾਲਿਆ ਹੋਵੇ ਨਿੱਕਾ ਜਿਹਾ ਬੱਚਾ, ਆਪ ਦੁੱਧ ਪਿਆ ਪਿਆ, ਹੱਥੀ ਖਾਣਾ ਖਵਾ ਖਵਾ, 3 ਸਾਲ ਦਾ ਸੀ ਜਦੋਂ ਕਢਾਈ ਕਰ ਮਾਤਾ ਜੀ। ਮਾਤਾ ਜੀ ਤੋਂ ਸੂਬਾ ਸਰਹੰਦ ਕਹਿੰਦਾ, ਮਾਂ ਇਹ ਤੇਰੇ ਕੋਲੋਂ ਆਖਰੀ ਨਿਸ਼ਾਨੀ ਹੈ, ਜਾ ਕੇ ਸਮਝਾ ਦੀਨੇ ਇਸਲਾਮ ਕਬੂਲ ਕਰਨਾ ਹੈ। ਨਿਸ਼ਾਨੀ ਵਜੋ ਸੰਸਾਰ ਫਿਰ ਨਾ ਰਹਿ ਜਾਓ, ਤੇ ਫਿਰ ਮਾਂ ਕੀ ਠੰਡੇ ਬੁਰਜ ਵਿੱਚ ਸਾਰੀ ਰਾਤ ਛਾਤੀ ਨਾਲ ਲਾ ਕੇ ਸਮਝਾਉਂਦੀ ਹੈ, ਬੱਚਿਓ ਧੰਨ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਵੱਲ ਉਹਦੀਆਂ ਸਾਖੀਆਂ ਸੁਣਾਈਆਂ, ਸ਼ਹਾਦਤ ਦਾ ਜਾਮਾ ਤੇ ਕਬੂਲ ਕਰ ਲਿਆ, ਲੱਖਾਂ ਤਸੀਹੇ ਝੱਲ ਕੇ ਪਰ ਈਨ ਨਹੀਂ ਮੰਨੇ। ਤੁਹਾਡੇ ਦਾਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਤੇ ਦੂਸਰੇ ਧਰਮ ਦੀ ਰੱਖਿਆ ਕਰਨ ਵਾਸਤੇ ਸ਼ਹਾਦਤ ਦੇ ਦਿੱਤੀ, ਆਪਣਾ ਧਰਮ ਬਦਲਣਾ ਤੇ ਬੜੀ ਦੂਰ ਦੀ ਗੱਲ ਹੈ। ਆਪਣੇ ਦਾਦੇ ਨੂੰ ਯਾਦ ਰੱਖਣਾ, ਪਿਤਾ ਨੂੰ ਯਾਦ ਰੱਖਣਾ, ਅੱਜ ਐਸੀ ਦਾਦੀਆਂ ਦੀ ਐਸੀ ਮਾਵਾਂ ਦੀ ਲੋੜ ਹੈ, ਭਾਵੇਂ ਦੇਸ਼ ਹੋਵੇ ਚਾਹੇ ਵਿਦੇਸ਼ ਹੋਵੇ, ਕੌਣ ਬੁਲਾ ਸਕਦਾ ਜੇ ਬੱਚਿਆਂ ਨੂੰ ਇਤਿਹਾਸ ਦੱਸਿਆ ਹੋਵੇ। ਜਿਸ ਨੇ ਜੀ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਸੀ, ਕੁਲਦੀਪ ਸਿੰਘ ਬਰਾੜ, ਉਹਨੇ ਆਪਣੀ ਜੀਵਨੀ ਵਿੱਚ ਲਿਖਿਆ ਕਿ ਮੈਨੂੰ ਆਪਣੇ ਹੈ ਤੇ ਮੈਂ ਸਿੱਖਾਂ ਦੇ ਘਰ ਪੈਦਾ ਹੋਇਆ, ਪਰ ਮੈਨੂੰ ਆਪਣੇ ਇਤਿਹਾਸ ਦਾ ਮਾਤਾ ਪਿਤਾ ਨੇ ਦੱਸਿਆ ਹੀ ਨਹੀਂ, ਮੈਂ ਸੈਨਿਕ ਸਕੂਲ ਵਿੱਚ ਪੜ੍ਹੇ। ਕ੍ਰਿਸਚਨ ਇਤਿਹਾਸ ਬਾਰੇ ਤੇ ਜਾਣਕਾਰੀ ਦਿੱਤੀ, ਦੂਜਿਆਂ ਬਾਰੇ ਤੇ ਦਿੱਤੀ, ਪਰ ਮੇਰੇ ਮਾਂ ਪਿਓ ਨੇ ਮੈਨੂੰ ਆਪਣੇ ਇਤਿਹਾਸ ਬਾਰੇ ਦੱਸਿਆ ਹੀ ਨਹੀਂ, ਤਾਂ ਹੀ ਮੈਂ ਆਪਣੀ ਜ਼ਿੰਦਗੀ ਦਾ ਐਡਾ ਵੱਡਾ ਗਲਤ ਫੈਸਲਾ।
ਨੂੰ ਪਤਾ ਹੁੰਦਾ ਤੇ ਫਿਰ ਐਸਾ ਕੰਮ ਨਾ ਹੁੰਦਾ। ਇਹ ਕਸੂਰ ਕਿਹਦਾ ਹੋਇਆ ਹੋਇਆ? ਮਾਂ ਮੁੰਡੋ ਇਸ ਗੁਰੂ ਕੇ ਜਾਂ ਤੇ ਭਰਮ ਨਾ ਜਾਏ, ਮਾਂ ਨੂੰ ਪਹਿਲਾਂ ਸਜ਼ਾ। ਕਹਿੰਦੇ ਜਿਹਨੇ ਐਸਾ ਗਲਤ ਆਪਣੇ ਬੱਚੇ ਨੂੰ ਸਿਖਾ ਕੇ ਤੇ ਵੱਡਾ ਕੀਤਾ, ਮਾਂ ਪਹਿਲੀ ਗੁਰੂ ਹੈ। ਉਹਨੇ ਆਪਣੀ ਜੀਵਨੀ ਵਿੱਚ ਲਿਖਿਆ, ਜੇ ਕਿਤੇ ਮੈਂ ਆਪਣਾ ਇਤਿਹਾਸ ਪੜ੍ਹਿਆ ਹੁੰਦਾ ਤੇ ਫਿਰ ਅੱਜ ਮੈਂ ਐਸਾ ਕਾਰਾ ਨਾ ਕਰਦਾ ਹਰਿਮੰਦਰ ਸਾਹਿਬ ਦੇ ਅਟੈਕ ਕਰ। ਮੈਨੂੰ ਪਤਾ, ਮੈਨੂੰ ਆਪਣੇ ਇਤਿਹਾਸ ਦਾ ਪਤਾ ਹੀ ਕੁਝ ਨਹੀਂ, ਮੈਂ ਪੜ੍ਹਿਆ ਹੀ ਨਹੀਂ, ਨਾ ਮੈਨੂੰ ਘਰ ਵਾਲਿਆਂ ਦੱਸਿਆ, ਨਾ ਸਕੂਲ ਵਾਲਿਆਂ। ਇਸ ਲਈ ਅਸੀਂ ਉਹਨਾਂ ਮਹਾਨ ਬਾਬਿਆਂ ਦਾ ਇਹ ਵੀਕ ਮਨਾ ਰਹੇ ਹਾਂ ਜਿਨ੍ਹਾਂ ਨੇ ਆਪ ਕੁਰਬਾਨੀ ਕਰਕੇ, ਆਪ ਆਪਣਾ ਬਲੀਦਾਨ ਦੇਖ ਕੇ। ਜੋਗੀ ਅੱਲਾ ਯਾਰ ਖਾਂ ਕਹਿੰਦਾ, ਬਸ ਥੋੜ੍ਹੀ ਦੇਰ ਹੋਈ ਸੀ ਸਰਹੰਦ ਸ਼ਹਿਰ ਵੀ ਢੋਕਾ ਢੇਰ। ਆਪਾਂ ਫਿਰ ਆਉਣ ਵਾਲੇ ਦੀਵਾਨਾਂ 'ਚ ਆਪਦੇ ਨਾਲ ਵਚਨ ਕਰਦੇ। ਉੱਥੇ ਫਤਿਹਗੜ੍ਹ ਸਾਹਿਬ ਸਾਹਿਬਾਂ ਦੀ ਯਾਦ ਵਿੱਚ ਆਪਾਂ ਦਰਸ਼ਨ ਮੇਲੇ ਕਰਦੇ ਹੋ ਚੱਲ ਰਹੇ ਹਾਂ। ਸਾਡੇ ਇਹ ਦਿਨ ਮਨਾਏ, ਇਹ ਦਿਹਾੜੇ ਮਨਾਏ ਸਫਲ ਹਨ ਜੇ ਆਪਾਂ ਗੁਰੂ ਦੀ ਵੀ ਸਿੱਖਿਆ ਤੇ ਚੱਲ ਸਕੀਏ। ਇਸ ਲਈ ਆਓ, ਜਿਹੜੇ ਦਿਨ ਹੁਣ ਹੈ ਅੱਗੇ ਦੋ ਤਿੰਨ ਦਿਨ, ਵੈਸੇ ਤਾਂ 27 ਤਰੀਕ ਤੋਂ ਲੈ ਕੇ 5 ਤਰੀਕ ਤੱਕ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਸਮਰਪਿਤ ਅੱਗੇ ਦੀਵਾਨ ਚੱਲਦੇ ਹਾਂ। ਸੋ ਆਪਾਂ ਵੱਧ ਤੋਂ ਵੱਧ ਆਪ ਹਾਜ਼ਰੀਆਂ ਵੀ ਭਰੀਏ, ਬੱਚਿਆਂ ਨੂੰ ਵੀ ਲੈ ਕੇ ਆਈਏ, ਤਾਂ ਜੋ ਸਾਡੇ ਅਮੀਰ ਹਿੱਸੇ ਦਾ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ। ਆਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪੱਤਰ ਕਰਦੇ, ਜਿਹਨੇ ਹਰੀ ਦਾ ਨਾਮ ਜਿਹੜਾ ਚੜ ਗਿਆ ਹੁਣ ਫਿਰ ਧਰਤੀ ਤਵੇ ਉੱਬਲਦਾ ਪਾਣੀ ਤਿੱਖੀ ਰੰਗੀ ਖੋਬਰ ਲਾਉਣ ਵਾਲੀ ਤਲਵਾਰਾਂ ਰੂ ਆ ਕੇ ਡੁਲਾ ਨਹੀਂ ਸਕਿਆ, ਆਲੇ ਦੇ ਜੰਦੇ ਡੁਲਾ ਨਹੀਂ ਸਕੇ ਜਿਹਨਾਂ ਨੂੰ ਹਰੀ ਦੇ ਨਾਮ ਦਾ ਰੰਗ ਚੜ ਗਿਆ। ਅਸਲ ਵਿੱਚ ਸੂਰਮਾ ਉਹ ਹੈ ਸਹਿਬ ਸਗਲ ਬਾਜ
ਅਸੀਂ ਵੀ ਜੋ ਸਾਡੇ ਵੱਡੇ ਬਾਬਿਆਂ ਨੇ ਗੁਰੂ ਕੇ ਲਾਲਾ ਨੇ ਮਾਤ ਗੁਜਰੀ ਜੀ ਨੇ ਸਾਡੇ ਵਾਸਤੇ ਪੂਰਨੇ ਪਾਏ ਵੈਸੇ ਇੱਕ ਕਵੀ ਨੇ ਬੜੇ ਸੁੰਦਰ ਬਚਨ ਕੀਤੇ ਕਹਿੰਦੇ ਨੇਕੀ ਧਰਮ ਸੱਚਾਈ 'ਤੇ ਜੋ ਡਟ ਕੇ ਰਹਿੰਦੇ ਨੇ ਮਰਿਆਂ ਤੋਂ ਵੀ ਪਿੱਛੋਂ ਲੋਕ ਚੰਗਾ ਕਹਿੰਦੇ ਨੇਕ ਵਾਸਤੇ ਧਰਮ ਵਾਸਤੇ ਨੇਕ ਕਾਰਜ ਵਾਸਤੇ ਜਿਹੜੇ ਡਟ ਜਾਂਦੇ ਨੇ ਕਹਿੰਦੇ ਭਾਵੇਂ ਸ਼ਹੀਦ ਹੋ ਜਾਣ ਸ਼ਹਾਦਤ ਜਾਮਾ ਪਾ ਲੈਣ ਫਿਰ ਵੀ ਲੋਕ ਉਹਨਾਂ ਦੇ ਨਾਂ ਦੀਆਂ ਵਾਰਾਂ ਗਾਉਂਦੇ ਨੇ ਯਾਦ ਕਰਦੇ ਨੇ ਜਾਣਾ ਤਾਂ ਸਾਰੇ ਹੈ ਸਹਿ ਬਚਨ ਕਰਦੇ ਨੇ ਇੱਕ ਤਾਂ ਐਸੇ ਨੇ ਸੰਸਾਰ 'ਤੇ ਆਏ ਜੀਵਨ ਸਫਲ ਕਰ ਜਾਂਦੇ ਨੇ ਅਤੇ ਇੱਕ ਫਿਰ ਚੱਲੇ ਜਵਾਰੀ ਦੋਏ ਹੱਥ ਝਾੜ ਪ੍ਰਾਣੀ ਤੇਰੇ ਹੱਥ ਵਿੱਚ ਹੈ ਜੀਵਨ ਨੂੰ ਸਫਲ ਕਰਕੇ ਜਾਣਾ ਇਹ ਵਿਅਰਥ ਕਰਕੇ ਜਾਣਾ ਕੋਈ ਸੁੱਖ ਦੀ ਖੇਮਾ ਫਤਿਹ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਬੜੇ ਭਾਗਾਂ ਵਾਲੇ ਹੋ ਜਿਹੜੇ ਕਿ ਸਿੱਖ ਦਰਬਾਰ ਸਾਹਿਬ ਦੇ ਦੀਵਾਨਾਂ ਦੇ ਵਿੱਚ ਗੁਰਘਰ ਪਹੁੰਚ ਕੇ ਆਪ ਸੰਗਤਾਂ ਨੇ ਸੋਧਰ ਪਾਠ ਤੋਂ ਉਪਰੰਤ ਪਹਿਲਾਂ ਗੁਰਘਰ ਦੇ ਐਨਗੰਤੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਦੇ ਪਾਸੋਂ ਗੁਰੂ ਸਾਹਿਬ ਵਿਚਾਰ ਸਮਰਪਿਤ ਕੀਤਾ ਉਸ ਤੋਂ ਉਪਰੰਤ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਅਤੇ ਉਹਨਾਂ ਦੇ ਰਾਜ ਦੇ ਪਾਸੋਂ ਬੜਾ ਹੀ ਰਸ ਦੇ ਨਾਲ ਕੀਰਤਨ ਸਰਵਣ ਕੀਤਾ ਹੈ ਮੈਂ ਧੰਨਵਾਦ ਦੀਆਂ ਗੱਲਾਂ ਜਥਿਆਂ ਦੇ ਜਿਨ੍ਹਾਂ ਨੇ ਕਿ ਸੰਗਤਾਂ ਨੂੰ ਗੁਰੂ ਸ਼ਬਦ ਦੇ ਨਾਲ ਜੋੜਿਆ ਹੈ ਸਤਿ ਸ੍ਰੀ ਜੀ ਸਾਡੇ ਪਾਸ ਭਾਈ ਸੁਖਿੰਦਰ ਸਿੰਘ ਜੀ ਯੋਗੇ ਵਾਲੇ ਜਿਹੜੇ ਕਿ ਪਿਛਲੇ ਦਿਨਾਂ ਤੋਂ ਜੋ ਆਪਣੇ ਬੱਚਿਆਂ ਦਾ ਕੰਮ ਸਲਾਨਾ ਕੰਮ ਚੱਲ ਰਿਹਾ ਹੈ ਉਸ ਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦੇਣ ਦੇ ਲਈ ਸਾਡੇ ਪਾਸ ਸਪੈਸ਼ਲ ਤੌਰ 'ਤੇ ਪਹੁੰਚੇ ਹੋਏ ਹਨ ਮੈਂ ਜੀਆਂ ਨਾਲ ਕਹਿੰਦਾ ਹਾਂ ਆਪ ਸੰਗਤਾਂ ਉਹ ਤਕਰੀਬਨ 9:15 ਵਜੇ ਤੱਕ ਉਹਨਾਂ ਨੇ ਗੁਰਸਬ ਵਿਚਾਰ ਕੀਰਤਨ ਸਰਵਰ ਕਰਾਉਣਾ ਹੈ ਜਦੋਂ ਤੱਕ ਭਾਈ ਸਾਹਿਬ ਸਭ ਕਰਦਾ ਮੈਂ ਦੁੱਖ ਬੇਨਤੀ ਆਪ ਸੰਗਤਾਂ ਦਾ ਕਰਦੀ ਹਾਂ ਆਉਣ ਵਾਲੇ ਹਫ਼ਤੇ ਦੇ ਪ੍ਰੋਗਰਾਮ ਲਾਈਆਂ ਕਿ ਜੋ ਇਸ ਹਫ਼ਤੇ ਦੇ ਪ੍ਰੋਗਰਾਮ ਅਤੇ ਆਉਣ ਵਾਲੇ ਹਫ਼ਤੇ ਦੇ ਪ੍ਰੋਗਰਾਮ ਹੈ ਸਾਰੇ ਹੀ ਪਰਿਵਾਰ ਮਸ਼ਹੂਰਾਂ ਦੇ ਸੰਬੰਧ ਦੇ ਵਿੱਚ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਉਹਨਾਂ ਦੇ ਸ਼ਹੀਦੀ ਦੇ ਸੰਬੰਧ ਦੇ ਵਿੱਚ ਆਪਣੇ ਗੁਰਦਾ ਵਿਖੇ ਉਹਨਾਂ ਸ਼ਹੀਦਾਂ ਨੂੰ ਨੀਕੀਆਂ ਜਿੰਦਾਂ ਨੂੰ ਵੱਡੇ ਸਾਹਿਬ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਸੋ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਹੈ ਗੁਰਘਰ ਪਹੁੰਚ ਕੇ ਆਪਾਂ ਉਹਨਾਂ ਨੀਕੀਆਂ ਜਿੰਦਾਂ ਨੂੰ ਯਾਦ ਕਰੀਏ ਜਿੰਨਾਂ ਨੇ ਕਿ ਸਾਡੀ ਕੌਮ ਦੇ ਲਈ ਆਪਣਾ ਆਪ ਪਾ ਦਿੱਤਾ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਪਾ ਦਿੱਤਾ ਮਾਤਾ ਗੁਜਰ ਕੌਰ ਜੀ ਸੋ ਗੁਰਘਰ ਪਹੁੰਚ ਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ 31 ਦਸੰਬਰ ਨੂੰ ਸਪੈਸ਼ਲ ਪ੍ਰੋਗਰਾਮ ਆਪਣੇ ਗੁਰਘਰ ਵਿਖੇ ਸਵੇਰੇ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋਣਗੇ ਜਿਹੜੇ ਰਾਤ ਨੂੰ ਤਕਰੀਬਨ 12:30 ਵਜੇ ਤੱਕ ਚੱਲਣਗੇ ਨਵੇਂ ਸਾਲ ਦੀ ਆਮਦ ਨੂੰ ਹੱਥੀਆਂ ਕਹਿ ਕੇ ਉਸ ਦਿਨ ਭੋਗ ਪਾਏ ਜਾਣਗੇ 1 ਜਨਵਰੀ ਜੋ ਕਿ ਸੋਮਵਾਰ ਦਾ ਦਿਨ ਹੈ ਉਸ ਨੂੰ ਵੀ ਸਾਰਾ ਦਿਨ ਆਪਣੇ ਕੋਲ ਭਰ ਕੇ ਸਪੈਸ਼ਲ ਕੀਰਤਨ ਦਿਵਸ ਲਾਏ ਜਾ ਰਹੇ ਹਨ ਜੋ ਇੱਕ ਹੋਰ ਫੈਸਲਾ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਦੀ ਮੈਨੇਜਮੈਂਟ ਵੱਲੋਂ ਕੀਤਾ ਗਿਆ ਹੈ ਕਿ ਗੁਰਘਰ ਕੇ ਜੋ ਵੀ ਗੁਰਪੁਰਬ ਜਾਂ ਸ਼ਹੀਦਾਂ ਦੇ ਦਿਨ ਹੈ ਉਹ ਮੂਲ ਪਾਤਸ਼ਾਹੀ ਕੈਲੰਡਰ 2023 ਦੇ ਅਨੁਸਾਰ ਬਣਾਏ ਜਾਣਗੇ ਸੋ ਉਸਦੇ ਅਕੋਰਡਿੰਗਲੀ ਹੀ ਜੋ ਧੰਨ ਧੰਨ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਉਭਾਰਿਆ ਹੈ ਉਹ 5 ਜਨਵਰੀ ਨੂੰ ਆਪਣੇ ਗੁਰਘਰ ਵਿਖੇ ਸਭਾ ਨਿਰਧਾਰ ਕੀਤਾ ਜਾਏਗਾ ਸਪੈਸ਼ਲ ਪ੍ਰੋਗਰਾਮ ਉਸ ਦਿਨ ਆਪਣੇ ਗੁਰਘਰ ਵਿਖੇ ਅੰਮ੍ਰਿਤ ਵੇਲੇ ਸ਼ੁਰੂ ਹੋਣਗੇ
ਜਿਹੜੇ ਗ੍ਰਾਮ ਦੇਵ ਤੱਕ ਚੱਲਣਗੇ। ਉਸੇ ਸੰਬੰਧ ਦੇ ਵਿੱਚ ਸਾਡੇ ਪਾਸ ਅਸੀਂ ਸਪੈਸ਼ਲ ਇਨਵੀਟੇਸ਼ਨ ਦੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੈਡਕਰ ਜੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਉਹਨਾਂ ਨੂੰ ਇਨਵਾਈਟ ਕੀਤਾ ਹੈ। ਸੋ ਉਹ 31 ਤਰੀਕ ਨੂੰ ਸਾਡੇ ਪਾਸ ਪਹੁੰਚ ਜਾਣਗੇ ਪਿੰਡਾਂ ਸਵੇਰੇ 31 ਤਰੀਕ ਨੂੰ ਫਿਰ ਸ਼ਾਮ ਦੇ ਪ੍ਰੋਗਰਾਮਾਂ ਦੇ ਵਿੱਚ ਅਤੇ ਪੂਰਾ ਹਫ਼ਤਾ ਐਤਵਾਰ ਤੋਂ ਐਤਵਾਰ ਤੱਕ ਉਹ ਹਾਜ਼ਰੀਆਂ ਭਰਨਗੇ। ਸੋ ਸਭ ਸੰਗਤਾਂ ਦੇ ਪਿੰਡਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਪਹੁੰਚ ਕੇ ਆਪ ਸੰਗਤਾਂ ਦੇ ਮਾਏ ਲੈਣ ਜੀ। ਸੋ ਹੁਣ ਆਓ ਕੀਰਤਨ ਸਰੂਰ ਕੇ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜੁੱਤੇ ਵਾਲੇ ਪਾਸੋਂ ਕੱਲ੍ਹ ਨੂੰ ਇਹਨਾਂ ਦੇ ਪ੍ਰੋਗਰਾਮ ਤੋਂ ਪਹਿਲੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਹੋਣਗੇ। ਸੋ ਅਸੀਂ ਭਾਈ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਆਪਣੇ ਲਈ ਮਿਹਨਤ ਦੇ ਵਿੱਚੋਂ ਟਾਈਮ ਕੱਢ ਕੇ ਆਸਟ੍ਰੇਲੀਆ ਪਹੁੰਚ ਕੇ ਬੱਚਿਆਂ ਨੂੰ ਦਸਤੀ ਜੀ ਨਾਲ ਜੋੜਦੇ ਹਨ। ਸੋ ਅਸੀਂ ਕਹਿ ਕੇ ਪਾਉਂਦੇ ਹਾਂ ਗੁਰੂ ਸਾਹਿਬ ਦਾ ਸਿੱਖਾਂ ਇਹਨਾਂ ਦੇ ਪਾਸੋਂ ਆਪਣੀਆਂ ਇਹ ਸੇਵਾਵਾਂ ਇਸੇ ਤਰ੍ਹਾਂ ਹੀ ਲੈਂਦੇ ਰਹਿਣ। ਸੋ ਕੀਰਤਨ ਸਰੂਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।